ਮੈਂ ਕਿਹਾ ਸਾਰੇ ਹੀ ਹੋ ਜਾਓ ਇਕੱਠੇ ਸਾਰੇ ਇੱਕ ਥਾਵੇਂ, ਇਹ ਤਾਂ ਵੀ ਹਾਰਨਗੇ ਦੇਖ ਲਿਓ ਤੁਸੀਂ। ਐਤਕੀ ਸਾਰੇ ਇਕੱਠੇ ਹੀ ਸੀ, ਸਾਰੇ ਇਕੱਠੇ ਸੀ, ਬੀਜੇਪੀ ਕਾਂਗਰਸ ਅਕਾਲੀ ਦਲ ਅਤੇ ਬਸਪਾ। ਇੱਕ ਦਿਨ 'ਚ 3 ਪ੍ਰੈਸ ਕਾਨਫਰੰਸਾਂ ਕਰਦੇ ਸੀ, ਗਾਲਾਂ ਉਹ ਇੱਕ ਮੈਨੂੰ ਹੀ ਹੁੰਦੀਆਂ ਸੀ, ਫਰਕ ਟਾਈਮ ਦਾ ਹੁੰਦਾ ਸੀ, ਇੱਕ 12 ਵਜੇ ਕੱਢਦਾ ਸੀ, ਇੱਕ 2 ਵਜੇ, ਇੱਕ 3 ਵਜੇ। ਮੈਂ ਕਿਹਾ ਇੱਕੋ ਹੀ ਕਰ ਲਿਆ ਕਰੋ ਯਾਰ, ਗਾਲਾਂ ਤਾਂ ਉਹੀ ਨੇ ਸਾਰੀਆਂ, ਸਹੀ ਹੈ ਨਾ। ਸੋ ਇਹਨਾਂ ਨੂੰ ਜਿਹੜਾ ਜਵਾਬ ਤੁਸੀਂ ਦਿੱਤਾ ਨਾ, ਮੈਨੂੰ ਉਸ ਗੱਲ ਦੀ ਖੁਸ਼ੀ ਹੈ ਬਸ, ਕਿਉਂਕਿ ਮੈਂ ਕਦੇ ਵੀ ਆਪ ਜਵਾਬ ਨਹੀਂ ਦਿੰਦਾ ਹੁੰਦਾ। ਮੈਂ ਤਾਂ ਲੋਕਾਂ ਨੂੰ ਕਹਿ ਦਿੰਦਾ, ਦੇਖ ਲਓ ਮੈਨੂੰ ਐਂ ਕਹਿੰਦੇ ਨੇ, ਜੇ ਮੈਂ ਮਾੜਾਂ ਤਾਂ ਮੈਨੂੰ ਵੋਟ ਨਾ ਪਾਇਓ, ਜੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਡਾ ਜਵਾਕ ਹੈ ਯਾਰ, ਤੁਹਾਡਾ ਹੀ ਮੁੰਡਾ, ਮੈਂ ਤੁਹਾਡੇ ਵਾਸਤੇ ਸੁਣਦਾ, ਤਾਂ ਵੋਟਾਂ ਪਾ ਕੇ ਜਵਾਬ ਦੇ ਦਿਓ ਲੋਕਾਂ ਨੇ, ਰਵਾ ਦੇ ਤਾਂ ਲੋਕਾਂ ਨੇ ਪਾ ਦੇ। ਇਹ ਕਹਿੰਦੇ ਆ ਸਾਡਾ ਇਹ ਵੋਟ ਬੈਂਕ ਹੈ, ਫਲਾਨਾ ਬੈਂਕ ਹੈ, ਇਹਨੂੰ ਬੈਂਕਾਂ ਬਹੁਤ ਯਾਦ ਆਉਂਦੀਆਂ। ਸੋ ਕੋਈ ਕਿਸੇ ਦਾ ਵੋਟ ਬੈਂਕ ਨਹੀਂ ਹੈਗਾ, ਲੋਕ ਸਿਰਫ ਕੰਮ ਨੂੰ ਵੋਟ ਪਾਉਂਦੇ ਆ। ਕੱਲ੍ਹ ਨੂੰ ਸਾਡੇ ਮੰਤਰੀ ਕੰਮ ਨਾ ਕਰਨ, ਅਗਲੀ ਵਾਰ ਨੂੰ ਲੋਕ ਸਾਨੂੰ ਵੀ ਕਹਿਣਗੇ ਭਾਈ ਸਤਿ ਸ਼੍ਰੀ ਅਕਾਲ, ਔਰ ਕਹਿ ਸਕਦੇ ਨੇ, ਇਹ ਉਹਨਾਂ ਦਾ ਹੱਕ ਹੈ। ਕੰਮ ਕਰਾਂਗੇ, ਲੋਕਾਂ ਤੱਕ ਸਹੂਲਤਾਂ ਪਹੁੰਚਣਗੀਆਂ, ਉੱਥੇ ਤੁਹਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ। ਉਹ ਕਹਿੰਦੇ ਅਸੀਂ ਤਾਂ ਇੱਧਰ ਪਾਉਣੇ ਆ, ਜਿਨ੍ਹਾਂ ਨੇ ਆ ਸਾਨੂੰ ਆ ਦਿੱਤਾ ਹੈ, ਅਸੀਂ ਨਹੀਂ ਇਹ ਜਾਤ ਪਾਤ ਦੇ ਮਗਰ ਜਾਣਾ, ਅਸੀਂ ਨਹੀਂ ਨਫ਼ਰਤ ਦੀ ਰਾਜਨੀਤੀ ਕਰਨੀ, ਆਹ ਫਰਕ ਹੈ। ਸੋ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਇਹ ਹੈ, ਜੇ ਸ਼ਾਨਦਾਰ ਬੱਸ ਸਟੈਂਡ ਪੰਜਾਬ ਦੇ ਵਿੱਚ ਖੁੱਲ੍ਹਣਗੇ ਔਰ ਇਲੈਕਟ੍ਰਿਕ ਵਹੀਕਲਾਂ ਨਾਲ ਸਾਡੀ ਅਗਲੀ ਪੋਲਿਸੀ ਆ ਰਹੀ ਹੈ, ਤੁਹਾਨੂੰ ਸ਼ਹਿਰ ਦੇ ਵਿੱਚ 15 ਤੋਂ 20 ਸੀਟਾਂ ਆਉਣੀਆਂ, 25-25 ਸੀਟਾਂ ਆਉਣੀਆਂ, ਸ਼ਾਨਦਾਰ ਬੱਸਾਂ ਇੱਥੋਂ ਯੂਨੀਵਰਸਿਟੀ, ਯੂਨੀਵਰਸਿਟੀ ਤੋਂ ਬੱਸ ਸਟੈਂਡ, ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ, ਪੁਰਾਣੇ ਬੱਸ ਸਟੈਂਡ ਤੋਂ ਮਹਿੰਦਰਾ ਕਾਲਜ, ਮਹਿੰਦਰਾ ਕਾਲਜ ਤੋਂ ਸਰਕਾਰੀ ਕਾਲਜ, YPS ਫੁਹਾਰਾ ਚੌਂਕ, ਸਨੌਰ ਵਾਲਾ ਅੱਡਾ, ਜਿੱਧਰ ਮਰਜ਼ੀ ਤੁਸੀਂ ਜਾਣਾ ਤੁਹਾਨੂੰ ਬੱਸਾਂ ਮਿਲਣਗੀਆਂ। ਕਿਉਂਕਿ ਮੈਂ ਤਾਂ ਰਿਹਾ, ਮੇਰਾ ਤਾਂ ਸ਼ਹਿਰ ਹੈ, ਮੈਂ ਤਾਂ ਇੱਥੇ ਰਿਹਾ 6 ਸਾਲ, ਮੈਂ ਤਾਂ ਇਕੱਲੀ ਇਕੱਲੀ ਗਲੀ ਜਾਣਦਾ। ਸੋ ਇਸ ਕਰਕੇ ਇਹ ਜਿਹੜੇ ਵਿਕਾਸ ਦੇ ਕੰਮ ਨੇ, ਇਹ ਕੋਡ ਕਰਕੇ ਰੁਕਿਆ ਹੋਇਆ ਸੀ, ਨਹੀਂ ਤਾਂ ਪਹਿਲਾਂ ਹੋ ਜਾਣਾ ਸੀ। ਸੋ ਅੱਜ ਇਹਦਾ ਉਦਘਾਟਨ ਹੋ ਗਿਆ, ਬੱਸ ਅੱਡਾ ਤੁਹਾਡਾ, ਇਹਨੂੰ ਤੁਸੀਂ ਸਾਫ਼ ਰੱਖਣਾ, ਇਹਨੂੰ ਕਾਮਯਾਬ ਕਰਨਾ। ਅੱਗੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਸਭ ਤਹਿਸੀਲਾਂ ਬਣਨਗੀਆਂ, ਉਹਨਾਂ ਦੇ ਵੀ ਉਦਘਾਟਨ ਕਰ ਰਹੇ ਹਾਂ, ਸਕੂਲ ਬਣਨਗੇ, ਆਮ ਆਦਮੀ ਕਲੀਨਿਕ ਬਣਨਗੇ, ਔਰ ਜੋ ਸਹੂਲਤਾਂ ਲੋਕਾਂ ਨੂੰ ਅਸੀਂ ਸਰਕਾਰ ਵੱਲੋਂ ਦੇ ਸਕਦੇ ਦੇਵਾਂਗੇ। ਕੋਈ ਘਾਟਾ ਸਾਡੇ ਖਜ਼ਾਨੇ 'ਚ ਨਹੀਂ ਹੈਗਾ, ਉਹ ਵੀ ਸਾਰਾ ਖਜ਼ਾਨਾ ਵੀ ਅਸੀਂ ਤੁਸੀਂ ਦੇਖ ਲਓ, ਅੱਜ 16 ਤਰੀਕ ਹੈ, 14 ਮਹੀਨੇ ਹੋ ਗਏ ਅੱਜ, ਔਰ ਅੱਜ ਦਾ ਦਿਨ ਉਹ ਦਿਨ ਹੈ 16 ਮਈ 2014 ਨੂੰ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਮੈਨੂੰ ਚੁਣਿਆ ਸੀ ਲੋਕਾਂ ਨੇ, ਸੰਗਰੂਰ ਦੇ ਨੇ। ਇਹੋ ਜਿਹੇ ਵੇਲੇ ਨੂੰ 2.25 ਲੱਖ ਦੀ ਲੀਡ ਹੋ ਗਈ ਸੀ, ਸੁਖਦੇਵ ਸਿੰਘ ਢੀਂਡਸਾ ਅਤੇ ਬਜਿੰਦਰ ਸਿੰਗਲਾ ਸੀ ਇਹੋ ਜਿਹੇ ਵੇਲੇ ਨੂੰ, ਉਹ ਕਹਿੰਦੇ ਸੀ ਤੁੱਕਾ ਲੱਗ ਗਿਆ, ਫਿਰ 2019 'ਚ ਹਰਾਏ, ਫਿਰ ਕਹਿੰਦੇ ਕੋਈ ਨਹੀਂ ਇੱਕੋ ਹੀ ਆਇਆ, ਫਿਰ 2022 'ਚ ਹਰਾਏ, ਕਹਿੰਦੇ ਚੱਲਣੀ ਨਹੀਂ, ਚੱਲ ਵੀ ਗਈ, ਕਹਿੰਦੇ ਜਲੰਧਰ ਨਹੀਂ ਜਿੱਤੀ ਜਾਣੀ, ਜਲੰਧਰ ਵੀ ਜਿੱਤ ਗਏ, ਹੁਣ ਕਹਿੰਦੇ 24 'ਚ ਦੇਖਾਂਗੇ, ਉਹ ਵੀ ਹਾਰ ਜਾਣਗੇ, ਦੇਖੇ ਤੁਸੀਂ 24 ਵੀ ਹਾਰ ਜਾਣਗੇ, ਫਿਰ ਕਹਿੰਦੇ 27 'ਚ ਨਹੀਂ ਗੱਲ ਬਣਨੀ, ਇਹ ਐਂ ਤੁਰੇ ਜਾਣਗੇ ਜੀ, ਇਹ ਐਂ ਤੁਰੇ ਜਾਂਦੇ। ਇਹਨਾਂ ਦਾ ਇੱਕੋ ਹੀ ਹੱਲ ਹੈ ਬਸ, ਇਹਨਾਂ ਕਿ ਨਹੀਂ ਧਿਆਨ ਨਾ ਦਿਓ, ਇਹਨਾਂ ਕਿ ਨਹੀਂ ਧਿਆਨ ਹੀ ਨਾ ਦਿਓ ਬਸ। ਹੁਣ ਸੁਖਬੀਰ ਬਾਦਲ ਦੀਆਂ ਗੱਲਾਂ ਸੁਣਨਾ ਨਹੀਂ, ਕੋਈ ਪੱਤਰਕਾਰ ਮੈਨੂੰ ਪੁੱਛਣਾ ਸੁਖਬੀਰ ਬਾਦਲ ਨੇ ਐਂ ਕਿਹਾ ਜੀ, ਮੈਂ ਯਾਰ ਛੱਡ ਪਰੇ ਯਾਰ, ਵਿਚਾਰਾ ਹੁਣ ਜਿੰਨੀ ਕੱਕ ਲੈ ਉਨੀ ਕੁ ਗੱਲ ਕਰ ਲੈਂਦਾ, ਚੱਲ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ, ਚੱਲ ਛੱਡੋ ਪਰੇ। ਮਜੀਠੀਏ ਨੇ ਐਂ ਕਿਹਾ ਜੀ, ਹੁਣ ਮੈਂ ਉਹਨਾਂ ਦਾ ਜਵਾਬ ਦੇਵਾਂ ਜਿਹੜੇ ਜਲਿਆਂ ਵਾਲੇ ਬਾਗ ਦੇ ਕਾਤਲ ਕਰਾਉਂਦੇ ਸੀ, ਮੈਂ ਉਹਨਾਂ ਦਾ ਜਵਾਬ ਦੇਵਾਂ, ਉਹਨਾਂ ਦੀਆਂ ਗੱਲਾਂ ਉਹ ਮੈਨੂੰ ਸਰਟੀਫਿਕੇਟ ਦੇਣਗੇ ਕਿ ਮੈਂ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦਾ, ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦੇ ਕਾਤਲ ਨੂੰ ਉਸੇ ਦਿਨ ਰਾਤ ਨੂੰ ਰੋਟੀ ਖਵਾਈ ਸੀ, ਉਹਨਾਂ ਨੇ ਗੱਲਾਂ ਸੁਣੀਆਂ। ਆਪਾਂ ਜਿਹੜੇ ਨਸ਼ਿਆਂ ਦੇ ਤਸਕਰ ਹਜੇ ਵੀ ਜਮਾਨਤ 'ਤੇ ਨੇ, ਉਹਨਾਂ ਦੀਆਂ ਗੱਲਾਂ ਕਰੀਏ ਆਪਾਂ? ਉਹਨਾਂ ਦੀਆਂ ਗੱਲਾਂ ਕਰਕੇ ਟਾਈਮ ਹੀ ਖਰਾਬ ਹੀ ਕਰਨਾ, ਜਦੋਂ ਲੋਕਾਂ ਨਹੀਂ ਹਰਾਤੇ। ਇੱਕ ਬਟਨ ਨਾਲ 2 ਸਿੱਟੇ ਨੇ ਅੰਮ੍ਰਿਤਸਰੀਆਂ ਨੇ, ਉਹਨਾਂ ਨੇ ਇੱਕ ਬਟਨ ਹੈ, ਬਟਨ ਇੱਕ ਦੱਬਿਆ, ਡਿੱਗੇ 2 ਨੇ, ਔਰ ਦੋਨੇ ਆਪਸ 'ਚ ਗੱਲਾਂ ਕਰ ਰਹੇ, ਉਹ ਲੰਬੂ ਓਏ, ਉਹ ਤੂੰ ਓਏ, ਲੋਕਾਂ ਤੁਸੀਂ ਲੜੀ ਜਾਓ ਯਾਰ, ਤੁਹਾਨੂੰ ਕੰਮ ਕਰ ਲੈਣਾ। ਸੋ ਇਹ ਜਿਹੜੀ ਭਾਸ਼ਾ ਦੀ ਮਰਿਆਦਾ ਵਾਲੀ ਜਿਹੜੀ ਹੈ ਨਾ, ਇਹ ਸਾਡੇ ਕਮੀ ਤਾਂ ਹੈ ਕਿਉਂਕਿ ਜਿਹੜੇ ਇਹ ਲੀਡਰ ਨੇ ਨਾ, ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਨੇ, ਸਰਕਾਰੀ ਸਕੂਲਾਂ 'ਚ ਨਾ ਤਹਿਜੀਬ, ਆਮ ਘਰਾਂ 'ਚ ਤਹਿਜੀਬ ਸਿਖਾਈ ਜਾਂਦੀ ਹੈ ਕਿ ਤੂੰ ਨਹੀਂ ਕਹਿਣਾ ਪੁੱਤ, ਤੁਸੀਂ ਕਹਿਣਾ।
जे वो होर भी ज़्यादा रिस्पैक्टेबल है आप जी, ये अपने सिखाया जाता इन्हों के कला यू है, यू च तू ही होंगे बस, इस करके उन्होंने पता ही नहीं भी किनू की कहना कौन बड़ा कौन छोटा, यू ना तो पता ही नहीं लगता, तू ना पता लगता, छोटे नू तू कहने आप बड़े नू तुसी कहने, इतने यू च तो नहीं पता लगता ना। सो अपनी पोस्ट कदे बोली तो इन्होंने आप अखबार नहीं पढ़ सकते पंजाबी दा, शर्त लाओ अखबार नहीं पढ़ सकते पंजाबी दा, ये वो साढ़े पंजाबी दे लंबरदार बनते हैं। हुण वो दोनों की फोटो देखी, सुखबीर बाल ते मनप्रीत बाल की किताब जी, किताब जी चक्की बैठे थे, ऐ दसी जाता मनप्रीत बादल भी तुसी तीजे ते असी चौथे ते, चल नीटू शटराने तो उपर रह गए, इको घर च दो झंडे ने, कंध सांझी है, सुखबीर बादल ते मनप्रीत बादल इको घर दो झंडे, एक कादियां घर है बाजवा दा, उहदे ग्राउंड फ्लोर ते कांग्रेस दा है, फस्ट फ्लोर ते बीजेपी दा, वह भी इको घर च दो झंडे, जे 12 पौड़ियां चढ़ जे बाजवा गलती नाल बीजेपी शामिल हो जूगा। ये सानू सिखाउणगे यार कि जी किवें चलाउणा पंजाब, जां पंजाब दीआं समस्यावां की ने, ये दस्सणगे सानू। मैनूं तां बस ऐसे गल दा दुख है वी इन्हां दी गल ये दस्सणगे सानू हुण कि पंजाब की हुंदा, पंजाब दे किसान दा दर्द की है, मजदूर दा की है, कदे दिहाड़ियां पुछण गए आ, कदे दो व्हील वाले इंजन दे सिलेंसर मूहरे मच्छरदानी ला के सुते आ, कदे बट्टां पोचियां, पुछो इन्हां नूं। महंगियां गड्डियां च महंगे स्कूलों पढ़ के और ला के ऐनक गालां कढ़न आ जांदे ने। ਉਹ ਕੈਪਟਨ ਅਮਰਿੰਦਰ ਕਹਿੰਦਾ ਭਗਵੰਤ ਮਾਨ ਨੂੰ ਤਜਰਬਾ ਨਹੀਂ, ਮੈਂ ਕਿਹਾ ਲੋਕ ਦੁਖੀ ਤਜਰਬੇਕਾਰਾਂ ਤੋਂ ਨੇ, ਤਜਰਬਾ ਨਹੀਂ। ਅਤੇ ਮਹਾਰਾਣੀ ਕੋਲ ਬਹੁਤ ਤਜਰਬਾ ਸੀ, ਗਾਂਧੀ ਗਾਂਧੀ ਨੇ ਹਰਾਤੇ ਸੀ, ਢੀਂਡਸੇ ਕੋਲ ਬਹੁਤ ਤਜਰਬਾ ਸੀ, ਸਿੰਗਲੇ ਕੋਲ ਬਹੁਤ ਤਜਰਬਾ ਸੀ, ਅੱਜ ਹਰਾਤੇ ਸੀ ਉਹ। ਤਜਰਬਾ ਹੌਲੀ ਹੌਲੀ ਆਉਂਦਾ ਹੁੰਦਾ, ਸਿੱਖ ਕੇ ਹੋ ਜੂਗਾ,